ਤਾਂ ਦੱਸ ਦਈਏ ਕਿ ਚਾਰ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਸਿੱਧਾ ਛਾਤੀ ਦੇ ਵਿੱਚ ਫਾਇਰ ਮਾਰਿਆ ਜਾਂਦਾ ਹੈ। ਜਿਸ ਤੋਂ ਬਾਅਦ ਮਰੂਤੀ ਕਾਰ ਦੇ ਵਿੱਚ ਆਏ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ ਤੇ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਂ ਅੱਜ ਇੱਕ ਵਾਰ ਫਿਰ ਤੋਂ ਜੰਡਿਆਲਾ ਦੇ ਨਾਲ ਲੱਗਦੇ ਪਿੰਡ ਧਾਰੜ ਵਿਖੇ ਗੋਲੀਆਂ ਚੱਲੀਆਂ ਨੇ। ਤਾਂ ਚਾਰ ਨੌਜਵਾਨਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ। ਤਾਂ ਮਰੂਤੀ ਕਾਰ ਦੇ ਵਿੱਚ ਚਾਰ ਨੌਜਵਾਨ ਆਏ ਸੀ। ਤਾਂ ਮੌਕੇ ਤੇ ਪਿੰਡ ਵਾਲਿਆਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਹੋਈ ਹੈ ਜੰਡਿਆਲਾ ਗੁਰੂ ਦੇ ਵਿੱਚ, ਜਿੱਥੇ ਇਹ ਗੋਲੀਆਂ ਚੱਲੀਆਂ ਨੇ। ਤਾਂ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਇਹ ਗੋਲੀ ਲੱਗੀ, ਜਿਸ ਕਾਰਨ ਗੰਭੀਰ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਦੇ ਆਧਾਰ 'ਤੇ ਹੁਣ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਜਗ੍ਹਾ ਜਗ੍ਹਾ 'ਤੇ ਲੱਗੇ CCTV ਰਾਹੀਂ ਇਹਨਾਂ ਨੂੰ ਹੁਣ ਟਰੇਸ ਕੀਤਾ ਜਾ ਰਿਹਾ ਹੈ ਤਾਂ ਕਿ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਜੀ ਰਾਜੀ ਭਾਅ ਜੀ, ਅੱਜ ਤੁਹਾਡੇ ਪਿੰਡ ਗੋਲੀ ਚੱਲੀ ਹੈ, ਕੀ ਕਹਿਣਾ ਚਾਹੁੰਦੇ ਜੀ? ਸਰ, ਇਹ ਚਾਰ ਜਣੇ ਆਏ ਆ ਅਤੇ ਸਠਿਆਲੇ ਬਟਿਆਲੇ ਦੇ ਦੱਸਦੇ ਪਏ ਆ ਅਤੇ ਸ਼ਕਲਾਂ ਉਹਨਾਂ ਦੀਆਂ ਅਸੀਂ ਪੂਰੀਆਂ ਕਲੀਅਰ ਪਹਿਚਾਣ ਸਕਦੇ ਹਾਂ। ਇੱਧਰੋਂ ਆਏ ਆ ਅਤੇ ਵਾਪਸ ਮਰੂਤੀ ਗੱਡੀ 'ਤੇ ਮੋਢੀ ਆ, ਚਾਰ ਜਣੇ ਸੀ ਅਤੇ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ, ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਛਾਤੀ ਦੇ ਵਿੱਚ। ਫਾਇਰ ਕਿਹਨੂੰ ਲੱਗਾ? ਇਹ ਲਵਪ੍ਰੀਤ ਸਿੰਘ ਛੰਨੂ ਨੂੰ ਲੱਗਾ ਜੀ, ਮੇਰੇ ਬ੍ਰਦਰ ਨੂੰ ਲੱਗਾ ਛੋਟੇ ਨੂੰ। ਹਾਂਜੀ, ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਹਾਂ, ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ, ਜੋ ਵੀ ਸਾਡੇ ਬੱਚੇ ਨਾਲ ਗੋਲੀ ਵੱਜੀ ਹੈ ਉਹਨਾਂ ਦੇ, ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਪ੍ਰਸ਼ਾਸਨ ਕੋਲ। ਤਾਂ ਸਰ ਪਤਾ ਨਹੀਂ ਲੱਗਾ ਸਾਨੂੰ, ਚਾਰ ਮੁੰਡੇ ਕਿੰਨੇ ਆਏ ਆ, ਉੱਥੇ ਕਿਤੇ ਮੁੰਡੇ ਖੜ੍ਹੇ ਸੀ ਅਤੇ ਉਹਨੂੰ ਗੋਲੀ ਵੱਜੀ ਹੈ, ਅਤੇ 3 ਵਜੇ ਦਾ ਟਾਈਮ ਸੀ, ਛਾਤੀ 'ਚ ਗੋਲੀ ਵੱਜੀ। ਅਤੇ ਕੀ ਪੋਜੀਸ਼ਨ ਉਹਦੀ, ਕੀ ਹਾਲਤ ਹੈ ਜੀ ਜਿਹੜੇ ਗੋਲੀ ਵੱਜੀ? ਉਹ ਜੀ ਪਹਿਲਾਂ ਮਨ ਵਾਲੇ ਲੈ ਗਏ ਸੀ, ਉੱਥੋਂ ਨਾ ਰੈਫਰ ਕਰਤਾ, ਹੁਣ ਲੈ ਗਏ ਆ ਆਪਣਾ ਰਾਮਦਾਸ ਹਸਪਤਾਲ। ਸਰ ਉੱਥੇ 2 ਮੁੰਡੇ ਉਤਰ ਗਏ, ਪਹਿਲਾਂ 2 ਮੁੰਡੇ ਉਤਰ ਗਏ ਆ ਅਤੇ ਗੱਡੀ ਉਹਨਾਂ ਇੱਥੋਂ ਮੋੜੀ ਆ, ਜਦੋਂ ਇੱਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚਲਾਈ। ਕਿੰਨੇ ਬੰਦੇ ਸੀ ਜਿਹੜੇ? 4 ਬੰਦੇ ਦੱਸਦੇ, 1 ਮੁੰਡੇ ਨੇ, ਬਾਕੀਆਂ ਦਾ ਨਹੀਂ ਸਾਨੂੰ ਪਤਾ। ਇੱਕ ਨੇ ਗੋਲੀ ਮਾਰੀ, ਇੱਕ ਨੇ ਗੋਲੀ ਮਾਰੀ। ਗੱਡੀ ਕਿਹੜੀ ਸੀ? ਮਰੂਤੀ ਕਾਰ ਹੈ ਜੀ। ਕਿੰਨੇ ਫਾਇਰ ਕੀਤਾ ਜੀ? 1 ਹੈ ਜੀ। ਤਾਂ ਦੱਸ ਦਈਏ ਕਿ 4 ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਸਿੱਧਾ ਛਾਤੀ ਦੇ ਵਿੱਚ ਫਾਇਰ ਮਾਰਿਆ ਜਾਂਦਾ ਹੈ। ਜਿਸ ਤੋਂ ਬਾਅਦ ਮਰੂਤੀ ਕਾਰ ਦੇ ਵਿੱਚ ਆਏ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ ਤੇ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਂ ਅੱਜ ਇੱਕ ਵਾਰ ਫਿਰ ਤੋਂ ਜੰਡਿਆਲਾ ਦੇ ਨਾਲ ਲੱਗਦੇ ਪਿੰਡ ਧਾਰੜ ਵਿਖੇ ਗੋਲੀਆਂ ਚੱਲੀਆਂ ਨੇ। ਤਾਂ ਚਾਰ ਨੌਜਵਾਨਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ। ਤਾਂ ਮਰੂਤੀ ਕਾਰ ਦੇ ਵਿੱਚ ਚਾਰ ਨੌਜਵਾਨ ਆਏ ਸੀ। ਤਾਂ ਮੌਕੇ 'ਤੇ ਪਿੰਡ ਵਾਲਿਆਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਹੋਈ ਹੈ ਜੰਡਿਆਲਾ ਗੁਰੂ ਦੇ ਵਿੱਚ, ਜਿੱਥੇ ਇਹ ਗੋਲੀਆਂ ਚੱਲੀਆਂ ਨੇ। ਤਾਂ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਇਹ ਗੋਲੀ ਲੱਗੀ, ਜਿਸ ਕਾਰਨ ਗੰਭੀਰ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਦੇ ਆਧਾਰ 'ਤੇ ਹੁਣ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਜਗ੍ਹਾ ਜਗ੍ਹਾ 'ਤੇ ਲੱਗੇ CCTV ਰਾਹੀਂ ਇਹਨਾਂ ਨੂੰ ਹੁਣ ਟਰੇਸ ਕੀਤਾ ਜਾ ਰਿਹਾ ਹੈ ਤਾਂ ਕਿ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਜੀ ਰਾਜ ਭਾਅ ਜੀ, ਅੱਜ ਤੁਹਾਡੇ ਪਿੰਡ ਗੋਲੀ ਚੱਲੀ ਹੈ, ਕੀ ਕਹਿਣਾ ਚਾਹੁੰਦੇ ਜੀ? ਸਰ, ਇਹ 4 ਜਣੇ ਆਏ ਆ
ਤੇ ਸਠਿਆਲੇ ਬਟਿਆਲੇ ਦੇ ਦੱਸਦੇ ਪਏ ਆ ਤੇ ਸ਼ਕਲਾਂ ਉਹਨਾਂ ਦੀਆਂ ਅਸੀਂ ਪੂਰੀਆਂ ਕਲੀਅਰ ਪਛਾਣ ਸਕਦੇ ਹਾਂ। ਇੱਧਰੋਂ ਆਏ ਆ ਅਤੇ ਵਾਪਸ ਮਰੂਤੀ ਗੱਡੀ 'ਤੇ ਮੋੜੀ ਆ, ਚਾਰ ਜਣੇ ਸੀ ਅਤੇ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ, ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਛਾਤੀ ਦੇ ਵਿੱਚ। ਫਾਇਰ ਕਿਹਨੂੰ ਲੱਗਾ? ਇਹ ਲਵਪ੍ਰੀਤ ਸਿੰਘ ਛੰਨੂ ਨੂੰ ਲੱਗਾ ਜੀ, ਮੇਰੇ ਬ੍ਰਦਰ ਨੂੰ ਲੱਗਾ ਛੋਟੇ ਨੂੰ। ਹਾਂਜੀ, ਪ੍ਰਸ਼ਾਸਨ ਕੋਈ ਇਹੋ ਮੰਗ ਕਰਦੇ ਹਾਂ, ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ, ਜੋ ਵੀ ਸਾਡੇ ਬੱਚੇ ਨਾਲ ਗੋਲੀ ਵੱਜੀ ਹੈ ਉਹਨਾਂ ਦੇ, ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਪ੍ਰਸ਼ਾਸਨ। ਹੁਣ ਤਾਂ ਸਰ ਪਤਾ ਨਹੀਂ ਲੱਗਾ ਸਾਨੂੰ, ਚਾਰ ਮੁੰਡੇ ਕਿੰਨੇ ਆਏ ਆ, ਉੱਥੇ ਕਿਤੇ ਮੁੰਡੇ ਖੜ੍ਹੇ ਸੀ ਅਤੇ ਉਹਨੂੰ ਗੋਲੀ ਵੱਜੀ ਹੈ, ਤਿੰਨ ਕੁ ਵਜੇ ਦਾ ਟਾਈਮ ਸੀ, ਛਾਤੀ 'ਚ ਗੋਲੀ ਵੱਜੀ। ਅਤੇ ਕੀ ਪਟੀਸ਼ਨ ਉਹਦੀ, ਕੀ ਹਾਲਤ ਹੈ ਜੀ ਜਿਹੜੇ ਨੂੰ ਗੋਲੀ ਵੱਜੀ? ਉਹ ਜੀ ਪਹਿਲਾਂ ਮਨ ਵਾਲੇ ਲੈ ਗਏ ਸੀ, ਉੱਥੋਂ ਨਾ ਰੈਫਰ ਕਰਤਾ, ਹੁਣ ਲੈ ਗਿਆ ਆਪਣਾ ਰਾਮਦਾਸ ਹਸਪਤਾਲ। ਸਰ ਉੱਥੇ ਦੋ ਮੁੰਡੇ ਉਤਰ ਗਏ, ਪਹਿਲਾਂ ਦੋ ਮੁੰਡੇ ਉਤਰ ਗਏ ਆ ਅਤੇ ਗੱਡੀ ਉਹਨਾਂ ਇੱਥੋਂ ਮੋੜੀ ਆ, ਜਦੋਂ ਇੱਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚਲਾਈ। ਕਿੰਨੇ ਬੰਦੇ ਸੀ ਜਿਹੜੇ? ਚਾਰ ਬੰਦੇ ਦੱਸਦੇ, ਇੱਕ ਮੁੰਡੇ ਨੇ, ਬਾਕੀਆਂ ਦਾ ਨਹੀਂ ਸਾਨੂੰ ਪਤਾ, ਇੱਕ ਨੇ ਗੋਲੀ ਮਾਰੀ। ਇੱਕ ਨੇ ਗੋਲੀ ਮਾਰੀ? ਗੱਡੀ ਕਿਹੜੀ ਸੀ? ਮਰੂਤੀ ਕਾਰ ਹੈ ਜੀ। ਮਰੂਤੀ? ਕਿੰਨੇ ਕਿੰਨੇ ਫਾਇਰ ਕੀਤਾ ਜੀ? ਇੱਕ ਹੈ ਜੀ।